ਜੋਤ ਦਾ ਘਰ ਆ ਪਈ ਦੇਖ ਲੋ ਸਾਰੇ ਜਣੇ ਹੋ ਜਾ ਸਟਾਰਟ ਅੱਜ ਮੈਂ ਆਪਦੇ ਭਰਾ ਨਾਲ ਮਿਲਣ ਲੱਗੀ ਆ ਇੱਕ ਤਾਂ ਪੰਜਾਬ ਇੱਕ ਗੋਲੂ ਗੋਲੂ ਤੇ ਆ ਹੁਣ ਬੈਠਾ ਅੰਬ ਕੱਟਣ ਲੱਗਾ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਆਦੀ ਇੰਟਰੋਡਕਸ਼ਨ ਦੋ ਹਾਂ ਮੈਂ ਹੈਗਾ ਰੰਜੋਤ ਦਾ ਭਰਾ ਛੋਟਾ ਅਸੀਂ ਪਾਉਣਾ ਚਾਰ ਅੰਬ ਕੱਟਣ ਲੱਗੇ ਆ ਆ ਹੋ ਦੇ ਚਾਰ ਦਿਨ ਨਹੀਂ ਲੱਗਾ ਠੀਕਾ ਜੀ ਅਸੀਂ ਅੰਬ ਕੱਟ ਲੈ ਜਾ ਲੈ ਜਾ फिलहाल अंब कटने आलू बिच वड़ दिने आलूआं दा चार पा दिने हैना और नाल ही जाप पा दिए चार ले जो जे कोई दूजा चार दूर को मैं वेला नहीं मैं आईलेट्स करदा वा पढ़ने वाला मुंडा आईलेट्स किथे करदा वे पता लगी जांदा मैं पढ़ने वाला मुंडा वा ਇਹਦਾ ਨਾ ਥੋੜਾ ਮੈਂ ਮਾਈਂਡ ਫਰੈਸ਼ ਕਰਨਾ ਤੇ ਤੁਹਾਡੇ ਘਰੇ ਗੇੜਾ ਕੱਢਣਾ ਆਇਆ ਸੀਗਾ ਮੈਂ ਤੇ ਤੁਸੀਂ ਮੈਨੂੰ ਕੰਮ ਨੂੰ ਲਾ ਲਿਆ ਆਹ ਹੋ ਗਿਆ ਮੁੰਡਾ जे मेरे हम उंगल अंगल से टक टुक लग गया ना थोड़े जुम्मे पै जाना बीबी बाकी इस तरह ना मेरे डैडी ने ये ब्लॉग बन रहा है इधर ते चाची ने सेंड करनी है मैं गल जब ने ब्लॉग देख लिया फिर बकरियां भी आदा है हां बकरियां भी रखी हैं मुर्गियां भी ਕੁੱਕੜ ਵੀ ਰੱਖੇ ਸਾਡੇ ਹੋਰ ਹੋਰ ਬੰਦੇ ਰਹਿ ਗਏ ਕਾਲੇ ਰੱਖੇ ਬਈਏ ਵੀ ਰੱਖੇ ਇਹਦਾ ਬਈਏ ਵੀ ਆਪਣੇ ਵਾਹ ਬਈਏ ਤਾਂ ਸਿਆਣੇ ਆ ਝੋਨਾ ਲਾਈ ਜਾਂਦੇ ਅੱਜ ਸ਼ੁਰੂ ਕਰਤਾ ਕੰਮ ਵਿਚਾਰੇ ਨੂੰ ਸੈਂਟਰ 'ਚ ਹੀ ਫੋਨ ਲਾਈ ਜਾਵੇ ਕਹਿੰਦਾ ਛੇਤੀ ਆ ਜਾ ਕੱਦੂ ਕਰ ਲਾ ਹੈ ਨਾ ਪੋਚੇ ਨੂੰ ਵਾੜਤਾ ਮੈਨੂੰ ਆਉਂਦੇ ਨੂੰ ਬਾਹਾਂ 'ਚ ਤੂੰ ਬਾਹਾਂ 'ਚ ਆਇਆ ਹੋਰ ਸੌਣ ਲੱਗੇ ਪੈਂਟ ਪਾ ਕੇ ਗਿਆ ਸੀ ਨਾ ਨਾ ਲਾਤੀ ਸੀ ਮੈਂ ਮੈਨੂੰ ਕਹਿੰਦਾ ਲਾ ਦੇ ਲੀੜੇ ਲੂੜੇ ਜੇ ਇੱਥੇ ਬਾਲਾ ਤੰਗ ਕਰਦੇ ਮੈਂ ਤਾਂ ਔਖਾ ਨਹੀਂ ਜਾਣ ਹਾਂ ਮੇਰੀ ਜਾਣ ਔਖੀ ਆ ਮੈਨੂੰ ਰਸਤਾ ਕਰਾ ਦੋ ਆਪਾਂ ਆਏ ਆ ਜੀ ਅੱਜ ਬਠਿੰਡੇ ਰਿਟੈਲਿੰਗ ਡੈਵਲਪਰ ਵਾਲਿਆਂ ਦੇ ਗੱਡੀ ਦੀ ਕੋਟਿੰਗ ਕਰਾਉਣ ਤੇ ਗੱਡੀ ਵਾਸ਼ ਵੁਸ਼ ਕੀਤੀ ਤੇ ਆ ਗੱਡੀ ਆਪਣੇ ਕੋਲ ਲੱਗ ਗਈ ਸੀ ਇੱਥੇ ਆਹ ਮੋਟਰਸਾਈਕਲ ਵੱਜਿਆ ਸੀਗਾ ਵਿੱਚ हाँ जी सर ठीक हो ओके हो चली वॉश ही की हजे भी ओके ओके ठीक है तो बाकी जुड़े रहे हो तुम ब्लॉग के नाल तो करते हैं स्टार्ट बाई रहना काम तुम आप ही देखना ही बोल के नहीं दसना कुछ भी जिन्ना भी होया ये हैगी इन्हों का की एजेंसी के जमा सामने है ओपोजिट तो तुम आके एक बार जरूर विजिट करो तो बाकी मिलाने भरा दे पहला बाई हरी मारन लगे रविंग रविंग का फर्स्ट है भी फर्स्ट स्टेप है हाँ जी भुलर साहब ठीक हो बढ़िया रविंग दे किन्ने स्टेप है वीरे रविंग दे किन्ने स्टेप है दो पैड नाल मारा एक बार आप फिलहाल बुलन पैड ओके उसके बाद पूरी सिरा बना देनी है काम पूरा हां जी एंड काम में भाई रंग बहुत बढ़िया चिप मार के पहले नहीं आया होगा Thank you.
ਚੱਕਰ ਦੂਜਾ ਭਾਈ ਲੱਗ ਗਿਆ ਕਰਨ ਤੇ ਦੋਨੇ ਜਣੇ ਲੱਗ ਗਏ ਮਿੰਟੋ ਮਿੰਟ ਹੀ ਕੰਮ ਖਿੱਚ ਦੇਣਾ ਇਹਨਾਂ ਨੇ। ਹਾਂਜੀ ਠੀਕ ਹੋ ਕਹਿੰਦੇ ਅੱਜ ਤਾਂ ਕੋਟਿੰਗ ਕਰਾਉਣ ਸੀ ਤੇ ਮੁੰਡੇ ਨੇ ਪਰ ਐਡੀਡਾਸ ਤੋਂ ਸ਼ੂ ਖਰੀਦ ਲਏ ਇਕੱਠਾ ਹੀ 15,000 ਰੁਪਇਆ ਲਾਤਾ ਸ਼ੂ ਤੇ ਹੈਂ ਲਾਉਣਾ ਪੈਂਦਾ ਕਹਿੰਦੇ ਲਾਉਣਾ ਪੈਂਦਾ ਬਾਈ ਸਹੀ ਗੱਲ ਆ ਤੇ ਉੱਧਰ ਸਾਡੇ ਨਾਲਦਿਆਂ ਦਾ ਫੋਟੋ ਸ਼ੂਟ ਨਹੀਂ ਲੋਟ ਆਉਂਦਾ ਪਿਆ ਗਾ ਦੋ ਘੰਟੇ ਹੋ ਗਿਆ ਸੀ ਸ਼ੂ ਵੀ ਮੈਂ ਖਰੀਦ ਲਿਆਂਦੇ ਆ ਤੇ ਹੋਰ ਬਾਕੀ ਸਿਸਟਮ ਜੋ ਵੀ ਕੁਛ ਆ ਮੇਰੇ ਵੀਰ ਦਾ ਗੋਡਾ ਤੇ ਉਹ ਮੇਰੇ ਵੀਰ ਦੀਆਂ ਫੋਟੋਆਂ ਨਹੀਂ ਲੋਟ ਆਉਂਦੀਆਂ ਪਈਆਂ ਆ ਨਾ ਜੱਗੀ ਦੀਆਂ ਤੇ ਨਾ ਸੰਧੂ ਦੀਆਂ ਕਹਿੰਦੇ ਮੇਰੇ ਵੀਰੋ ਇਹ ਮੁੰਡੇ ਆ ਜਿਨ੍ਹਾਂ ਦੀਆਂ ਫੋਟੋਆਂ ਲੋਟ ਨਹੀਂ ਆਉਂਦੀਆਂ। ਅੱਜ ਆਏ ਸੀ ਆਪਾਂ ਬਠਿੰਡੇ ਡੈਲਿੰਗ ਡੈਬਲਸ ਵਾਲਿਆਂ ਦੇ ਬਾਈ ਹਜ਼ਾਰਾਂ ਤੋਂ ਆਪਾਂ ਕਰਾਈ ਆ ਗੱਡੀ ਕੋਟਿੰਗ ਤੇ ਮਿਲਾਉਂਦੇ ਹਾਂ ਬਾਈ ਦੇ ਨਾਲ। ਹਾਂਜੀ ਬਾਈ ਕਿੱਦਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ। ਬਾਈ ਹੋਰਾਂ ਨੇ ਬਹੁਤ ਘੈਂਟ ਕੀਤੀ ਆ ਗੱਡੀ ਆਪਣੀ ਕੋਟਿੰਗ ਕਰਾ ਲਾਤਾ ਤੇ ਬਾਕੀ ਜੇ ਕਿਸੇ ਨੇ ਵਿਜ਼ਿਟ ਕਰਨਾ ਹੋਵੇ ਤੇ ਜਮਾਂ ਕੀ ਏਜੰਸੀ ਦੇ ਜਮਾਂ ਓਪੋਜਿਟ ਹੈ ਤੇ ਬਾਕੀ ਕੋਈ ਐਡਰੈਸ ਸਮਝਾ ਦਿਓ ਆਪਣਾ ਜੀ ਜਿਹੜਾ ਮਾਨਸਾ ਰੋਡ ਦੇ ਉੱਤੇ ਉਹਦੇ ਬਿਲਕੁਲ ਸਾਹਮਣੇ ਆ ਜਿਹੜਾ ਕੀਆ ਦਾ ਸ਼ੋਰੂਮ ਵੀ ਬਿਲਕੁਲ ਸਾਹਮਣੇ ਆ ਗਿਆ ਇਹ ਜੱਸੀ ਚੌਂਕ ਕ੍ਰੋਸ ਕਰਕੇ ਆ ਜਿਹੜਾ ਮਾਨਸਾ ਰੋਡ 'ਤੇ ਅੰਡਰਪਾਸ ਨੂੰ ਕ੍ਰੋਸ ਕਰਕੇ ਆਪਾਂ ਤਲਵੰਡੀ ਸਾਹਿਬ ਨੂੰ ਜਾਂਦੇ ਹਾਂ ਉਸ ਰਾਹ 'ਤੇ ਅਤੇ ਬਾਕੀ ਮੈਂ ਨੰਬਰ 'ਤੇ ਸਾਰਾ ਐਡਰੈਸ ਮੈਂ ਤੁਹਾਨੂੰ ਸਾਰਾ ਦੇ ਦਿੰਦਾ। ਚੱਲ ਚੱਲ ਚੀਚੀ ਫੜ ਲੈ ਪਿਸਤੂਲ ਨੂੰ ਨਹੀਂ ਚੱਪੜਾ ਲਾ ਕੇ ਆ ਪਹਿਲਾਂ ਮੇਰੀਆਂ ਜਾ ਕੇ ਉੱਥੇ ਘਰੇ ਆ ਕੱਲ ਕਰਾਈ ਗੱਡੀ ਦੀ ਕੋਟਿੰਗ ਦੱਸਿਓ ਸਾਰੇ ਜਾਣੇ ਟੈਰੀ ਪੈਂਚਰ ਹੋ ਗਿਆ ਸੀ ਰਾਤ ਨੂੰ ਲੈ ਚੱਲ ਚੱਲ ਘੁੰਮਾ ਕੇ ਲੈ ਗਿਆ ਚੀਚੀ ਨੂੰ ਬਾਹਰ ਬਾਲੀ ਨਾ ਦੂਰ ਲੈ ਕੇ ਤੁਸੀਂ ਲੈ ਜਾ ਐਂ ਤਾਂ ਉਹ ਫਸ ਗਿਆ ਲੱਤਾਂ 'ਚ ਪਟਾਂ ਦੇ। ਹਾਂਜੀ ਨਨੂ ਸੱਚ ਕੈਂਟ ਬਣ ਗਈ ਨਾ ਘਰ ਨਹੀਂ ਲਿਖਿਆ ਸੀ ਉਹ ਦੂਜੀ ਗੱਡੀ 'ਤੇ ਲਿਖਿਆ ਜੱਗੀ ਵਾਲੀ ਅਤੇ ਕਾਲੀ 'ਤੇ ਇਹ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਨਾ ਚਲੋ ਉਹ ਲੈ ਗਈ ਉਹਨੂੰ ਨਾ ਹਰਦੀਪ ਡਰਾਉਂਦੀ ਉਹਨੂੰ ਹੈ ਚੀਚੀ ਚੀਚੀ ਨੂੰ ਕਹਿ ਚੀਚੀ ਨਾ ਪਿੱਪੂ ਚਰੀ ਨੂੰ ਹੜਦੀ ਨੀ ਤੂੰ ਡਰਾਉਣੀ ਉਹਨੂੰ। ਹਾਂਜੀ ਨਮਸਕਾਰ ਕਿਆ ਹਾਲ ਚਾਲ ਤੁਹਾਡੇ ਸਾਰਿਆਂ ਦਾ ਤੇ ਅਗਲੇ ਦਿਨ ਦੀ ਸ਼ੁਰੂਆਤ ਦੇ ਨਾਲ 3:30 ਤੇ 30 ਮਿੰਟ ਹੋ ਗਿਆ ਸੁਬਾਹ ਦੇ ਨਿਕਲੇ ਸੀ ਕੰਮ ਕਰਾਂ ਦੇ ਵਿੱਚ ਬਿਜ਼ੀ ਸੀਗੇ ਅਤੇ ਅੱਜ ਚੱਲੇ ਸੀ ਅਸੀਂ ਰਣਜੋਤ ਨੂੰ ਲੈਣ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਅਤੇ ਆਪਾਂ ਹੋ ਗਿਆ ਥੋੜ੍ਹੇ ਦਿਨ ਪਹਿਲਾਂ ਆਪਾਂ ਛੱਡ ਕੇ ਆਏ ਸੀਗੇ ਅਤੇ ਅੱਜ ਲੈਣ ਚੱਲੇ ਹਾਂ। ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਮੀਂਹ ਬਹੁਤ ਜ਼ਿਆਦਾ ਪਈ ਜਾਂਦਾ ਅਤੇ ਘਰ ਦੇ ਗਾਲਾਂ 'ਤੇ ਗਾਲਾਂ ਕੱਢੀ ਜਾਂਦੇ ਸੀਗੇ ਵੀ ਕਦੋਂ ਆਉਣਾ ਕਿਵੇਂ ਹੈ ਨਾ ਕੁਛ ਵੀ ਅਤੇ ਲੇਟ ਕਾਫੀ ਹੋ ਗਿਆ ਮੈਂ ਬਾਕੀ ਚੱਲਦੇ ਹਾਂ ਹੁਣ ਲੈਣ ਮਨਜੋਤ ਨੂੰ ਤਾਂ ਫਿਰ ਘਰਦੇ ਆਉਂਦੇ ਅਤੇ ਫਿਰ ਮਿਲਾਉਂਦੇ ਤੁਹਾਨੂੰ ਸਾਰਿਆਂ ਨਾਲ। ਬਹੁਤ ਦਿਨ ਲਾ ਲਏ ਤੂੰ ਇੱਥੇ ਜਾਪ ਹੈ ਨਾ ਦੁਖੀ ਕਰਦੀ ਹੈ ਨਾ ਦੁਖੀ ਬਹੁਤ ਕੀਤਾ ਅੱਜ ਜਾਓ ਤੂੰ ਦੁਖੀ ਕਰਦਾ ਸਾਡੇ ਘਰੇ ਆ ਕੇ
ਜੋਤ ਦਾ ਘਰ ਆ ਭਾਈ ਦੇਖ ਲਓ ਸਾਰੇ ਜਣੇ ਫਿਰਦਾ ਰਹਿੰਦਾ ਮੁੰਡਾ ਜਿਹਾ ਨਹੀਂ ਤਾਂ ਆ ਕੇ ਕੁੱਟਣਾ ਦੋ ਦਿਨਾਂ ਨੂੰ ਚੰਗਾ ਬਾਏ ਚਲੋ ਸੈਰਾਂ ਕਰਨ ਤੇ ਹੋ ਗਈ ਫਿਰ ਉੱਥੋਂ ਆ ਕੇ ਚਲੋ ਚਲੋ ਨਾਲ ਮਾਂ ਚਲੋ ਚਲੋ ਲੈ ਫੋਟੋ ਸ਼ੂਟ ਹੋ ਰਿਹਾ ਮੈਂ ਕਿਹਾ ਫੋਟੋ ਸ਼ੂਟ ਮੇਰੇ ਵੀਰੋ ਚਲੋ ਵੀਡੀਓ ਵੀਡੀਓ ਬਣਾ ਕੇ ਚਲੋ ਜੀ ਚਲੋ ਫੋਟੋ ਖਿੱਚਾਂ ਚੱਲ ਖਿੱਚ ਲਈਏ ਫੋਟੋ ਅਤੇ ਫਿਰ ਕਰਦੇ ਵਲੋਗ ਨੂੰ ਕੰਟੀਨਿਊ ਆਓ ਭੱਜ ਗਈ ਜੋਤ ਮਗਰ ਹਾਂਜੀ ਠੀਕ ਆ ਜੋਤ ਲਿਆਈ ਹਾਂਜੀ ਸਰ ਕਿਉਂ ਚੀਚੀ।